ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਆਪਾਂ ਤਿਆਰ ਹੋ ਗਏ ਹਾਂ ਤੇ ਆਪਾਂ ਚੱਲੇ ਹਾਂ ਜੀ ਅਨੰਦਪੁਰ ਸਾਹਿਬ ਨੂੰ ਤੇ ਚਲੋ ਆਪਾਂ ਅੱਗੇ ਤੁਹਾਨੂੰ ਨਾਲ ਨਾਲ ਕੰਟੀਨਿਊ ਕਰਦੇ ਹਾਂ ਆਪਾਂ ਅਨੰਦਪੁਰ ਸਾਹਿਬ ਚੱਲੇ ਹਾਂ ਤੇ ਫੈਮਿਲੀ ਨਾਲ ਫੈਮਿਲੀ ਨਾਲ ਚੱਲੇ ਹਾਂ ਅੱਗੇ ਮਿਲਦੇ ਤੁਹਾਨੂੰ मित्रों आप आ गए जलंधर वाली हवेली वाह खिंची आए हैं पौने 6 बजे तो रही आप पौने 7 बजे तो रही आप कुल मिला के 8 बज गया हवेली आ गया आप इतने लंच ब्रेकफास्ट करते हैं खाने पीने क्योंकि घरों आप कुछ नहीं खा के तरे सवेरे सवेरे तरे तड़के हवेले तड़के तड़के किन्ने बनाना ही ना माता ने बनाना है तो चलो हूँ चलते हैं फिर कुछ खाने पीने मैं तो लगता बंदा पाओ भाजी का पर चलो वेखो शहर परौंठे खा लीए कुछ नहीं पता वेखते कड़ी मैं रोकया तू तुर डुब के मर जा इन्हां दे हैगा आ भाई आ गए स्वाद तेरे डुब के मरना होता है चलो मिलते बकवास करनी खा पी लिया जी हम आप तुरदे यात्रा अपनी करते फिर शुरू फिर तू अज मार्स नहीं खानी मार्स ढिड वधदा ढिड वधदा ना मार्च करने पत्थर लगे हवेली निकल आए आप गड्डी आई 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 बग्गी अपनी आ खड़ी आ चलो कर दे कैंटीन बंदा जो जिंदगी पहली बार आनंदपुर साहिब चला रहे पापी लोग आनंदपुर साहब वापस जा रहे हैं आनंदपुर साहब जाने घर जा रहे हैं ऐसे सड़क टके शराबी सड़क जा रहा कभी ए जाए
ਕਰੀ ਐ ਜਾਵੇ ਅਸੀਂ ਇਧਰੋਂ ਅਸੀਂ ਇਧਰੋਂ ਓਵਰਟੇਕ ਕਰੀ ਇਧਰ ਨੂੰ ਹੋਵੇ ਉਧਰੋਂ ਓਵਰਟੇਕ ਕਰੀ ਉਧਰ ਨੂੰ ਹੋਵੇ ਉਹ ਐ ਸਾਪਾ ਘਟਾਉਂਦਾ ਜਾਵੇ ਹਾਰ ਕੇ ਅਸੀਂ ਬਾਅਦ ਚ ਘਟਾਉਂਦਾ ਗਏ ਧੱਕਣਾ ਜੋ ਧੱਕਾ ਲੱਗਦਾ ਉਹਨੂੰ ਓਵਰਟੇਕ ਕੀਤਾ ਪਤਾ ਨੀ ਇਹਨੇ ਬਾਅਦ ਚ ਕਿੱਚ ਮਾਰੀ ਤੇ ਕਿੱਚ ਨਹੀਂ ਮਾਰੀ ਕੁਛ ਨੀ ਪਤਾ ਇਹ ਕਹਾਣੀ ਇਹ ਕਹਾਣੀ ਇਮੋਸ਼ਨਲ ਟੈਮ ਆਪਸੇ ਪੁੱਛਾ ਕਿਸੇ ਨੇ ਮੈਂ ਰਿਆ ਹਾਂ ਸਰ ਨਹੀਂ ਜੋਕ ਨਹੀਂ ਕਹਾਣੀ यार गड्डी दे नाल पै नहीं गड्डी दे होर ठीक है बंदा जान दिया तुर के भी याद होता डाकरी सराह जी हुंदी आ पुराना लंगर वाल पुरानी सराह सुते सुते आप पहुंच गए सौ गए कड़ी चुग लग गई मेरी तो बेग दी मैं कर देना उतरे जाते चलो मत्था टेक दिया अपना दर्शन करने तुहानू ਇੱਧਰ ਬੌਲੀ ਸਾਹਿਬ ਆ ਇੱਧਰ ਪੱਥਰ ਲੈ ਚੱਲਦੇ ਤੁਹਾਨੂੰ ਨਾਲ ਦਰਸ਼ਨ ਕਰਨ ਲਈ ਚਲੋ ਲਓ ਜੀ ਆਪਾਂ ਆ ਗਏ ਜੀ ਬੌਲੀ ਸਾਹਿਬ ਅਨੰਦਪੁਰ ਸਾਹਿਬ ਵਾਲੇ ਬੌਲੀ ਸਾਹਿਬ ਇੱਕ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਅਨੰਦਪੁਰ ਸਾਹਿਬ ਵਾਲਾ ਬੌਲੀ ਸਾਹਿਬ ਗੁਰਦੁਆਰਾ ਆਹੋ ਥੱਲੇ ਇੱਕ ਸੌ ਚੌਵੀ ਸੌ ਤੁਹਾਨੂੰ ਦਰਸ਼ਨ ਕਰਨੇ ਨਾਲ ਬਣਿਆ ਕਿ ਨਹੀਂ ਪ੍ਰੋਪਰ ਕਿਲ੍ਹਾ ਗੁਰੂ ਮਹਾਰਾਜ ਦਾ ਆਹ ਗੁਰਦੁਆਰਾ ਸਾਹਿਬ ਇੱਧਰ ਉੱਪਰ ਨਹੀਂ ਜਾਣ ਦੇਣਾ ਆਪਾਂ ਕਿਹੜਾ ਡਰੋਨ ਸ਼ੋਟ ਲੈ ਕੇ ਵਹਿੰਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ ਇੱਥੋਂ ਅਤੇ ਤੁਹਾਨੂੰ ਵਿਖਾਉਂਦੇ ਨਾਲ ਘੈਂਟ ਘੈਂਟ ਡਰੋਨ ਸ਼ੋਟਸ ਆਪਾਂ ਡਰੋਨ ਸ਼ੋਟਸ ਲੈ ਲਏ ਉੱਥੇ ਜੀ ਇੰਜੋਏ ਕੀਤਾ ਹੋਣਗੇ ਇੱਦਾਂ ਅਜੇ ਤੱਕ ਦੋ ਵੀ ਲਏ ਆ ਬਾਕੀ ਹੁਣ ਜੇ ਕਿਤੇ ਬਾਕੀ ਦੇ ਲੱਗਾ ਟਾਈਮ ਅਤੇ ਫਿਰ ਬਾਕੀ ਉੱਥੇ ਵੇਖਦੇ ਹਾਂ ਆਹ ਕਰੋ ਤੁਸੀਂ ਉਹਨਾਂ ਚਿਰ ਇੰਜੋਏ ਵਿਰਾਸਤੇ ਖਾਲਸਾ ਵਿਰਾਸਤੇ ਖਾਲਸਾ ਬੰਦ ਕੀਤਾ ਇਹਨਾਂ ਨੇ ਕੰਸਟਰਕਸ਼ਨ ਵਗੈਰਾ ਕੁਛ ਚੱਲਦਾ ਹੋਊਗਾ ਜਾਂ ਕੋਈ ਇੱਧਰ ਸੀਨ ਹੋਊਗਾ ਆਪਣੇ ਇਤਿਹਾਸ ਬਾਰੇ ਲਓ ਜੀ ਆਪਾਂ ਆਏ ਕੀਰਤਪੁਰ ਸਾਹਿਬ ਉੱਥੋਂ ਆਪਾਂ ਨਿਕਲ ਆਏ ਸੀਗੇ ਦੋ ਘਟਵਾ ਛੋਟ ਲੈ ਕੇ ਵੱਡਾ ਬਾਈ ਉੱਧਰ ਗਿਆ ਗੱਡੀ ਰੱਖਣ ਆਪਾਂ ਤੁਹਾਨੂੰ ਇੱਧਰ ਅੰਦਰ ਦਰਸ਼ਨ ਕਰਾਉਂਦੇ ਹਾਂ ਕੀਰਤਪੁਰ ਸਾਹਿਬ ਵੀ ਮੱਥਾ ਟੇਕ ਚੁੱਕੇ ਹਾਂ ਅਤੇ ਹੁਣ ਆਪਾਂ ਜਾਣਾ ਵਾ ਬਾਬਾ ਬੁੱਢਨ ਸ਼ਾਹ ਅਤੇ ਉੱਧਰਲੇ ਪਾਸੇ ਫਿਰ ਦੋ ਗੁਰਦੁਆਰੇ ਉੱਧਰ ਮੱਥਾ ਟੇਕ ਕੇ ਅਤੇ ਫਿਰ ਚੱਲਦੇ ਹਾਂ ਇੱਧਰ ਸੰਗਤਾਂ ਤਿਆਰ ਬਰ ਤਿਆਰ ਨੇ ਆਪਣੇ ਲੈ ਕੇ ਮੋਟਰਸਾਈਕਲ ਲਾ ਕੇ ਖੰਡੇ ਚਲੋ ਚੱਲਦੇ ਹੁਣ ਆਪਾਂ ਅੱਗੇ ਇਹ ਕੀ ਚੱਲਣ ਡਿਆ ਗੱਡੀ 'ਚ ਅਨੰਦਪੁਰ ਸਾਹਿਬ ਹੋਏ ਆਪਾਂ ਹੋਏ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ठंड खड़ जा रख तेन गाली नहर चलो बाकी आप मत्था टेकते हैं ਫੇਰ ਕੇ ਮਤਲਬ ਤੁਹਾਨੂੰ ਬਾਬਾ ਗੁਰਦੁੱਤਾ ਜੀ ਲੋ ਜੀ ਜਿਹੜਾ 20% ਗੈਸ ਵਾਲਾ ਬਹੁਤ ਹੀ ਅੱਛਾ ਬਾਬਾ ਗੁਰਦੁੱਤਾ ਜੀ ਇੱਥੇ ਮੱਥਾ ਟੇਕ ਦਿੱਤਾ ਜਾ ਕੇ ਨਾਲ ਤੁਹਾਨੂੰ ਦੱਸਿਆ ਅੱਜ ਜ਼ਿੰਦਗੀ ਚ ਪਹਿਲੇ ਨੀ ਆਇਆ ਹੈ ਵੀ ਨੀ ਆਇਆ ਅੰਦਰ ਬੈਠੇ ਮੇਰੀ ਕਿਸਮਤ ਹੀ ਨਹੀਂ ਹੈ ਭੋਕਰ ਬੜਾ ਵੱਡਾ ਸੀ ਉੱਥੇ ਚਲੋ ਕੋਈ ਨਹੀਂ ਗਾ ਆਪਾਂ ਆ ਗਏ ਬਾਬਾ ਗੁਰਦੁੱਤਾ ਜੀ ਇੱਥੇ ਆਪਾਂ ਅੰਦਰ ਐਂਟਰ ਹੋ ਗਏ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਆ ਜਾਈ ਲਵਾਉਂਦੇ ਗੁਰੂ ਸਾਹਿਬ ਤੋਂ
अंग्रेजी च मारा ने की कहना है बोली बोली नहीं आंदी बोली नहीं गुरुद्वारे दर्शन करना है ना डोंट डू व्लॉग आज जड़े वीर भरा सारे देखने ना दर्शन किने करवाने जिथे मेरे पुराने ब्लॉग से देखा शायद मच भी पाया ही जिते गुरु महाराज ने मारे मारिया के जो आप सच्चे दिल को वर मंगा अपना पूरा होगा चलो दर्शन करो तीस गुरु महाराज के वाहगुरु मेहर करें लो जी संगतो इतिहास इतों का जे किसी ने इतिहास पूरा पढ़ना हो पॉज करके वीडियो में पढ़ लियो तो सारा इतिहास लिखा इंग्लिश पंजाबी उधर ही लिखा चलो आप अगे चलते हैं अगर दर्शन करते हैं इधर मोटरसाइकिल वाली यात्रा तो पूरे आए हैं परिवार छोड़ा गुरुद्वारे उ मत्था टेकना वा तुहानू उत्तर भी तेरी बकवास करनी कुत्तियां को भौंकना एक पानी की बोतल मंगाई है एक आ लिया वा विवेक ने पता नहीं की साल तो खाने आन कहते वह स्वाद होंगे तो पानी की बोतल अपने इतों मिली नहीं अंदर लैन गया वा तो चल लैके आंदा आप अंदर बह के खाने पीने आप गुरुद्वारे परिवार छोड़ आ चुके हैं अगे है कि अंदर एंटर होंने आप फिर तुम दर्शन करने तो आप गुरुद्वारे परिवार छोड़ा इतने आप भी दर्शन करते तुम दर्शन करते मैं निके होंगे तो आया वा मैं बहुत निके हो मैं कटिंग होंगी मेरी नाले तो जो मैं लास्ट टाइम आया वा चलो अच्छ तुम दर्शन कराने इतना लो जी इतों आ जे आना टीना पे क्योंकि थलो रहा हों तो पानी ना भर जाए चलो आप चलने जी उत्ते मत्था टेकना वा घर के सह लै लाने डिप मार्केट मैं सुता रह गया मैं पता नहीं लगा कि चंडीगढ़ पहुंच गए काम कुम जो दूजे दिन कर करके वेले हुए आप हम अगली सीट ते इतने को खाने पीने लगने वेखो हम कितों खाने पीने फिर खा पी के फिर तुरद पिंड लो जी आज थ्री बी टू पार्ट बापा इतने छाकते हैं प्रशादा घड़ी बार दा खा के मत बजी पी आए हो क्या बात है आज कहने सिर ही लै पाए जरूर क्या ही बात है एंड बाबा एंड क्या ही बात दस्यो कमेंट से कि फोटो बनाई है चलो बाकी हम आप इतना प्रशादा छकते हैं फिर मिलते तुम हो गए लो भीरो आप प्रशादा पानी छक के हम निकल आए हैं तो आप हम कितने आना बीर जी फतेहगढ़ साहब फतेहगढ़ साहब
ਹੁਣ ਆਪਾਂ ਚੱਲੇ ਆ ਜੀ ਫਤਿਹਗੜ੍ਹ ਸਾਹਿਬ ਤੇ ਉੱਥੋਂ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉੱਥੇ ਜਾ ਕੇ ਹੁਣ ਤੁਹਾਨੂੰ ਅੱਗੇ ਮਿਲਦੇ ਆ ਡਰੋਨ ਦੀ ਯਾਰ ਹੋਰ ਕੋਈ ਆਪਾਂ ਸ਼ਾਟ ਲਏ ਨੇ ਇੱਕ ਵਾਰੀ ਸ਼ਾਟ ਲਏ ਜਿਹੜੇ ਆਪਾਂ ਤੇ ਅਨੰਦਪੁਰ ਸਾਹਿਬ ਲਏ ਸੀ ਬੋਲੀ ਸਾਹਿਬ ਗੁਰਦੁਆਰੇ ਦੇ ਤੇ ਚਲੋ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਵਾ ਥੋੜ੍ਹੀ ਜਿਹੀ ਆਪਣੀ ਬੈਟਰੀ ਡਾਊਨ ਹੋ ਗਈ ਆ ਰੋਟੀ ਖਾ ਕੇ ਚਾਰਜ ਹੋਣੀ ਚਾਹੀਦੀ ਪਰ ਨਹੀਂ ਗਈ ਕਿਉਂਕਿ ਆਪਾਂ ਨੂੰ ਰੋਟੀ ਬੜੀ ਸਵਾਦ ਨਹੀਂ ਲੱਗੀ ਤੇ ਹੁਣ ਆਪਾਂ ਚੱਲੇ ਫਤਿਹਗੜ੍ਹ ਸਾਹਿਬ ਹੋ ਗਿਆ ਚਲੋ ਆਪਾਂ ਤੁਹਾਨੂੰ ਫਤਿਹਗੜ੍ਹ ਸਾਹਿਬ ਜਾ ਕੇ ਮਿਲਦੇ ਹਾਂ ਚਲੋ ਕੀ ਹਾਲ ਨੇ ਬੈਕ ਲਓ ਵੀਰੋ ਵਾਟਰ ਕ੍ਰੋਸਿੰਗ ਆ ਚੁੱਕੀ ਹੈ ਕਹਿੰਦੇ ਸਵਿਮਿੰਗ ਪੂਲ ਬਣਿਆ ਪਿਆ ਹੈ ਵੀਰੋ ਸਵਿਮਿੰਗ ਪੂਲ ਬਣਿਆ ਪਿਆ ਹੈ ਜੀ ਅੱਛਾ ਕਿਹੜੀ ਉਹ ਤਾਂ ਹੱਡਾ ਪਲਾ ਜੀ ਇਹ ਤਾਂ ਬਸ ਕੰਮ ਖਤਮ ਹੀ ਹੈ ਇੱਕ ਹਿਸਾਬ ਦਾ ਚਾਚਾ ਵਾਟਰ ਕ੍ਰੋਸਿੰਗ ਖਤਮ ਹੋ ਗਈ ਚਾਚਾ ਸਵਿਮਿੰਗ ਪੂਲ ਚਾਚਾ ਚਲੋ ਚਾਚਾ ਆਪਾਂ ਜਾਣ ਡੇ ਹਾਂ ਫਤਿਹਗੜ੍ਹ ਸਾਹਿਬ ਤੇ ਤੁਹਾਨੂੰ ਮਿਲਦੇ ਉੱਥੇ ਜਾ ਕੇ ਮੌਸਮ ਸੁਹਾਉਣਾ ਜਿਹਾ ਹੋਇਆ ਪਿਆ ਹੈ ਬਾਹਰ ਪੱਤਾ ਹਿੱਲ ਨਹੀਂ ਰਿਹਾ ਪੜਾਸ ਫੁੱਲੀ ਹੈ ਬਾਹਰ ਬਸ ਇਹੋ ਜਿਹਾ ਮੌਸਮ ਜੇ ਅੰਦਰ ਏ ਸੀ ਚੱਲਣ ਡਿਆ ਤਾਂ ਲੱਗਣ ਡਿਆ ਬਾਹਰ ਬਹੁਤ ਠੰਡਾ ਹੈ ਚਲੋ ਬਾਕੀ ਆਪਾਂ ਚੱਲਦੇ ਹਾਂ ਮਿਲਦੇ ਅੱਗੇ ਲਓ ਜੀ ਵੀਰੋ ਆਪਾਂ ਫਤਿਹਗੜ੍ਹ ਸਾਹਿਬ ਐਂਟਰ ਹੋ ਚੁੱਕੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੇਟ ਸੀਗਾ ਜਿਹੜਾ ਆਪਾਂ ਐਂਟਰ ਹੋਣੇ ਕੀਤੇ ਹਾਂ ਅਤੇ ਇੱਥੋਂ ਕੁਝ ਰਹਿ ਗਿਆ ਵਾ 5 ਕਿਲੋਮੀਟਰ ਅਤੇ ਚਲੋ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਫਿਰ ਚੱਲਦੇ ਹਾਂ ਕਿ ਤੁਰਦੇ ਹਾਂ ਆਪਾਂ ਘਰ ਨੂੰ ਟਾਈਮ ਹੋ ਗਿਆ ਜੇ ਬਾਬਾ ਤੁਹਾਡਾ ਭਲਾ ਕਰੇ 5:15 ਦਿੱਤੇ ਹੋਏ ਅਤੇ ਚਲੋ ਮਿਲਦੇ ਫਿਰ ਤੁਹਾਨੂੰ ਕਿਆ ਬਾਤ ਹੈ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਵੀਰੋ ਕਿੱਥੇ ਗਿਆ ਆਈ ਲਾਜਵਾਬ ਲਓ ਜੀ ਸਰ ਜੀ ਆਪਾਂ ਇੱਥੋਂ ਛੋੜ ਲਿਆ ਇੱਕ ਲਿਆ ਆਪਾਂ ਮੇਨ ਦਰਬਾਰ ਦਾ ਦੇਖ ਲਿਆ ਜੀ ਆਹ ਗੇਟ ਦਾ ਅਤੇ ਆਹ ਗੇਟ ਤਾਂ ਹਨੇਰਾ ਨਾ ਕਿਉਂਕਿ ਇੱਧਰ ਸੂਰਜ ਪੈਣ ਡਿਆ ਬਟ ਇੱਧਰੋਂ ਜਿਹੜਾ ਇਹਦਾ ਸ਼ੋਟ ਆਇਆ ਵਾ ਮੇਬੀ ਤੁਸੀਂ ਪਸੰਦ ਕਰੋ ਅਤੇ ਚਲੋ ਬਾਕੀ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਹੁਣ ਬੜੀ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਗੁਰਦੁਆਰੇ ਫਿਰ ਬਾਬਾ ਜੀ ਗੁੱਸੇ ਹੁੰਦੇ ਆ ਅਤੇ ਚਲੋ ਆਪਾਂ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਅੰਦਰ ਕਰਕੇ ਚੱਲਦੇ ਅੱਗੇ ਮਿਲਦੇ ਹਾਂ ਮਤਲਬ ਆਪਾਂ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਨਿਕਲ ਆਏ ਹਾਂ ਅਤੇ ਆਪਾਂ ਸ਼ੋਰ ਸ਼ੋਰ ਸੱਟ ਨਾ ਤੇਰੀ ਬੂਥੀ ਵੇਖਣ ਲੱਗੇ ਲੋਕ ਅਤੇ ਚਲੋ ਆਪਾਂ ਹੁਣ ਇੱਥੇ ਫਾਟਕ 'ਤੇ ਖੜ੍ਹੇ ਹਾਂ ਪਤਾ ਨਹੀਂ ਨੈਵੀਗੇਸ਼ਨ ਨੇ ਕਿਹੜੇ ਸਾਨੂੰ ਪਿੰਡਾਂ ਥਾਣੀ ਪਾ ਦਿੱਤਾ ਵਾ ਇੱਥੇ ਫਾਟਕ ਬੰਦ ਇੱਥੇ ਖੜ੍ਹੇ ਹਾਂ ਉਡੀਕਦੇ ਹਾਂ ਰੇਲ ਗੱਡੀ ਆਊਗੀ ਫਿਰ ਅਸੀਂ ਤੁਰਾਂਗੇ ਇੱਥੇ ਮਿਲਦੇ ਫਿਰ ਜੀ ਆਪਾਂ ਆਲਮੋਸਟ ਜਲੰਧਰ ਪਹੁੰਚ ਗਏ ਇੱਥੇ ਆਪਾਂ ਕਰ ਲਿਆ ਡਰਾਈਵਰ ਚੇਂਜ ਮੈਂ ਚਲਾਉਂਦਾ ਅੱਗੇ ਮੈਂ ਚਲਾਉਂਦਾ ਸੀ ਮੈਂ ਜਲੰਧਰ ਤੱਕ ਲੈ ਆਉਂਦੀ ਆ ਬਾਕੀ ਅੱਗੇ ਵੱਡੇ ਬੱਚੇ ਰਹੂਗਾ ਆਪਣੀ ਆਪਾਂ ਰੈਸਟ ਕਰ ਲਈਏ ਆ ਕਰ ਮਸਤੀਆਂ ਕਰਨ ਦੇ ਮੇਰੀ ਭਰਾਵਾ ਬਾਲ ਖਲਾ ਰਿਹਾ ਆਏ ਚਲੋ ਬਾਕੀ ਤੇ ਆਪਣੀ ਗੱਡੀ ਅੱਗੇ ਕਰਿਆ ਆਪੇ ਬੰਦ ਲੱਭਦਾ ਅੱਛਾ ਰੈਸਟ ਬੜਨਾ ਪਿਆ
ਉਹ ਪਹਿਲੇ ਚਲੋ ਜੀ ਆਪਾਂ ਜਲੰਧਰ ਲੰਘ ਗਏ ਆ ਕਰਤਾਰਪੁਰ ਪਹੁੰਚਣ ਵਾਲੇ ਆ ਇਸ ਦੁਕਾਨ ਤੋਂ ਆਪਾਂ ਸਮਾਨ ਲਿਆ ਥੋੜ੍ਹਾ ਜਿਹਾ ਖਾਣ ਪੀਣ ਨੂੰ ਲੈ ਕੇ ਚਲੋ ਚੱਲਦੇ ਹਾਂ ਆਪਾਂ ਸਾਰਾ ਸਮਾਨ ਲੈ ਲਿਆ 260 260 160 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